ਮੁਸਲਿਮ ਔਰਤ ਨਾਲ ਸੰਬੰਧ ਦੇ ਚੱਲਦੇ ਦਲਿਤ ਵਿਅਕਤੀ ਦੀ ਹੱਤਿਆ। ਰਾਜਸਥਾਨ ਦੇ ਬਾਰਮੇਰ ਵਿੱਚ ਇੱਕ ਦਲਿਤ ਵਿਅਕਤੀ ਦੀ ਮੁਸਲਿਮ ਔਰਤ ਨਾਲ ਸੰਬੰਧਾਂ ਦੇ ਚੱਲਦਿਆਂ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਮੇਕਰਨ ਵਾਲਾ ਇੱਕ ਗਾਉਂ ਹੈ, ਛੋਟਾ ਗਾਉਂ ਹੈ, ਵਹਾਂ ਮਿਲੀ ਜੁਲੀ ਜੋ ਮਿਕਸ ਕਮਿਊਨਿਟੀ ਹੈ ਉਨਕੀ ਢਾਣੀਆਂ ਬਣੀ ਹੋਈ ਹੈ। ਮੁਸਲਿਮ ਪਰਿਵਾਰ ਹੈ, ਉਨਕੇ ਪਿਤਾ ਕਾ ਦੇਹਾਂਤ ਹੋ ਚੁੱਕਾ ਹੈ, ਚਾਰ ਬੱਚੀਆਂ ਹੈ ਉਸ ਘਰ ਮੇਂ, ਮਾਂ ਔਰ ਦਾਦੀ ਪਾਲਤੀ ਹੈ ਬੱਚਿਆਂ ਕੋ। ਉਨਕੀ ਜ਼ਮੀਨ ਪਰ ਈਂਟ ਕਾ ਭੱਟਾ ਬਣਾ ਹੁਆ ਹੈ ਜੋ ਭੀਲ ਜਾਤੀ ਵਾਲੋਂ ਕਾ ਹੈ, ਉਨ੍ਹੋਂਨੇ ਉਸ ਪਰ ਲੀਜ਼ ਪੇ ਲੇ ਰੱਖਾ ਹੈ ਜਾਂ ਕੰਟਰੈਕਟ ਪੇ, ਉਸ ਪਰ ਈਂਟ ਬਣਾਨੇ ਕਾ ਕਾਰਯ ਕਰਤੇ ਹੈ। ਜੋ ਭੱਟਾ ਮਾਲਿਕ ਹੈ ਹੀਰਾ ਭੀਲ ਏਵਮ ਉਸਕਾ ਛੋਟਾ ਭਾਈ ਮਰਤਕ ਖੇਤਾ ਰਾਮ, ਯੇ ਉਸੀ ਭੱਟੇ ਪੇ ਕਾਮ ਕਰਤੇ ਥੇ। ਮਰਤਕ ਖੇਤਾ ਰਾਮ ਯਦਪਿ ਵਿਵਾਹਿਤ ਹੈ, ਉਸਕੇ ਬੱਚੇ ਵੀ ਹੈ, ਲੇਕਿਨ ਉਸਕਾ ਸੰਪਰਕ ਇਨ ਯੁਵਤੀਓਂ ਸੇ ਹੁਆ, ਥਾਣੇ ਕੇ ਮੁਸਲਿਮ ਯੁਵਤੀਓਂ ਸੇ ਹੁਆ। ਦੋ ਵਰਸ਼ ਪੂਰਵ ਸੇ ਸ਼ਾਇਦ ਯੇ ਚਲਾ ਆ ਰਹਾ ਹੈ। ਉਨਕੀ ਜੋ ਜਵਾਈਓਂ ਕੋ ਪਤਾ ਚਲਾ ਇਸ ਬਾਤ ਕਾ ਕਿ ਭਈ ਭੀਲ ਜਾਤੀ ਕਾ ਯੁਵਕ ਜੋ ਹੈ ਬਾਹਰ ਸੇ ਆ ਕਰਕੇ ਔਰ ਹਮਾਰੀ ਯੁਵਤੀਓਂ ਕੇ ਸਾਥ ਮੇਂ ਸੰਬੰਧ ਬਣਾਤਾ ਹੈ, ਤੋ ਉਨ੍ਹੋਂਨੇ ਉਸਕੋ ਬੁਲਾ ਕਰਕੇ, ਧੋਖੇ ਸੇ ਬੁਲਾ ਕਰਕੇ ਉਸਕੀ ਸਾਥ ਪਿਟਾਈ ਕੀ। ਫੈਟਲ ਇੰਜਰੀਜ਼ ਹੋਣੇ ਕੀ ਵਜ੍ਹਾ ਸੇ ਉਸਕੀ ਮ੍ਰਿਤਯੂ ਕਰ ਦਿੱਤੀ। ਅਭੀ ਤੱਕ ਦੋ ਲੋਕੋਂ ਕੀ ਗ੍ਰਿਫਤਾਰੀਆਂ ਹੋਈ ਹੈ, ਪੂਛਤਾਛ ਕੇ ਲੀਏ ਇਨਕੇ ਕੁਛ ਕੁਟੁੰਬ ਸੇ ਔਰ ਸੇ ਸਹਾਇਤਾ ਕਰਨੇ ਵਾਲੇ ਔਰ ਇਨਕੋ ਲਾ ਰੱਖਾ, ਪੂਛਤਾਛ ਚੱਲ ਰਹੀ ਹੈ।